ਪਹਿਲਾਂ ਮੇਰੇ ਵੱਲੋਂ ਆਪ ਸਭ ਨੂੰ ਆਦਾਬ, ਨਮਸਕਾਰ, ਸਲਾਮ ਅਲੈਕਮ। ਮੈਂ ਹਾਂ ਤੁਹਾਡਾ ਆਪਣਾ ਸਾਬਰ ਕੋਟੀ ਅਤੇ ਮੈਂ ਅੱਜ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਨ ਲਈ ਹਾਜ਼ਰ ਹੋਇਆ। ਔਰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਮੇਰੀਆਂ ਇਹ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ, ਸ਼ਾਇਦ ਮੈਂ ਕਿਸੇ ਨਾਲ ਨਹੀਂ ਕੀਤੀਆਂ, ਅੱਜ ਜਿਹੜੀਆਂ ਗੱਲਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਾਂਗਾ। ਸੋ ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਮੇਰੇ ਨਾਲ ਬਣੇ ਰਹੋ ਅਤੇ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰ ਦੇ। ਸੋ ਦੋਸਤੋ, ਸ਼ੁਰੂ ਕਰਦੇ ਗੱਲਾਂ ਬਾਤਾਂ ਦਾ ਸਿਲਸਿਲਾ। ਅੱਜ ਅਸੀਂ ਕੈਨੇਡਾ ਦੇ ਬਹੁਤ ਹੀ ਪਿਆਰੇ ਔਰ ਪੰਜਾਬੀਆਂ ਦੇ ਗੜ੍ਹ ਸ਼ਹਿਰ ਟੋਰਾਂਟੋ ਦੇ ਵਿੱਚ ਖੜ੍ਹੇ ਹੋ ਕੇ ਤੁਹਾਡੇ ਨਾਲ ਗੱਲਾਂ ਕਰ ਰਹੇ ਹਾਂ। ਔਰ ਦਿਲ ਦੀਆਂ ਗੱਲਾਂ ਇਹ ਹੈ ਕਿ ਇੱਕ ਫਨਕਾਰ ਦਾ ਸੁਪਨਾ ਹੁੰਦਾ ਕਿ ਉਹ ਰੇਡੀਓ ਤੋਂ ਗਾਵੇ, ਟੈਲੀਵਿਜ਼ਨ ਤੋਂ ਗਾਵੇ, ਫਿਰ ਉਸ ਤੋਂ ਬਾਅਦ ਉਹਦੀਆਂ ਕੈਸਟ ਸੀਡੀਜ਼ ਜਾਂ ਉਹ ਫਿਲਮਾਂ ਲਈ ਗਾਵੇ। ਅਤੇ ਉਹ ਮੇਰਾ ਬਹੁਤ ਲੰਬਾ ਸਫ਼ਰ ਹੈ ਕਿਉਂਕਿ ਮੈਨੂੰ 30 ਸਾਲ ਹੋ ਗਏ ਨੇ ਇਸ ਗਾਣੇ ਵਜਾਉਣ ਦੇ ਸਫ਼ਰ ਦੇ ਦੌਰਾਨ। ਸੋ ਤੁਸੀਂ ਬਖੂਬੀ ਜਾਣਦੇ ਵੀ ਹੋ, ਪਰ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਸੁਣਨ ਵਾਲਿਆਂ ਤੋਂ ਦੂਰ ਹੁੰਦੀਆਂ ਨੇ, ਉਹ ਅਗਰ ਉਹਨਾਂ ਨੂੰ ਦੱਸੀਆਂ ਜਾਣ ਤਾਂ ਹੀ ਪਤਾ ਲੱਗਦਾ। ਸੋ ਅੱਜ ਅਸੀਂ ਇੱਥੇ ਟੋਰਾਂਟੋ ਪਹੁੰਚੇ ਹੋਏ ਹਾਂ, ਇੱਥੇ ਸ਼ੋਅ ਦੇ ਸਿਲਸਿਲੇ 'ਚ, ਇੱਕ ਸੂਫੀ ਮਹਿਫਲ ਦੇ ਸਿਲਸਿਲੇ 'ਚ ਇੱਥੇ ਆਏ ਹਾਂ। ਔਰ ਬਹੁਤ ਮੁਹੱਬਤ ਲੋਕਾਂ ਦੀ ਮਿਲੀ ਹੈ ਔਰ ਲੋਕਾਂ ਦਾ ਰਿਸਪੋਂਸ ਬੜਾ ਲਾਜਵਾਬ ਹੈ। ਔਰ ਉਮੀਦ ਕਰਦਾ ਹਾਂ ਕਿ ਮੇਰੀਆਂ ਜਿਹੜੀਆਂ ਉਮੀਦਾਂ ਨੇ, ਕਿਉਂਕਿ ਮੇਰੀ ਇੱਕ ਉਮੀਦ ਔਰ ਮੇਰੀ ਇੱਕ ਤਮੰਨਾ ਇਹ ਹੈ ਕਿ ਲੋਕ ਚੰਗਾ ਗਾਣਾ ਸੁਣਨ, ਚੰਗੀ ਸ਼ਾਇਰੀ ਨੂੰ ਮੁਹੱਬਤ ਕਰਨ। ਸੋ ਅੱਜ ਟੋਰਾਂਟੋ ਦੇ ਅੰਦਰ ਮੌਸਮ ਬੜਾ ਖੂਬਸੂਰਤ ਹੈ, ਤੁਸੀਂ ਵੇਖ ਰਹੇ ਹੋ ਮੇਰੇ ਆਸੇ ਪਾਸੇ ਸਨੋਅ ਪਈ ਹੋਈ ਹੈ ਕਿਉਂਕਿ ਕ੍ਰਿਸਮਸ ਦੇ ਦਿਨ ਨੇ, ਅਤੇ ਕ੍ਰਿਸਮਸ ਦੇ ਦਿਨਾਂ 'ਚ ਜਦੋਂ ਸਨੋਅ ਪੈਂਦੀ ਹੈ ਅਤੇ ਜਿਹੜੇ ਇੱਥੋਂ ਦੇ ਆਪਣੇ ਗੋਰੇ ਬਰਾਊਨ ਲੋਕ ਨੇ ਉਹ ਬੜੇ ਖੁਸ਼ ਹੁੰਦੇ ਨੇ ਇਸ ਤਿਉਹਾਰ ਦੇ ਮੌਕੇ 'ਤੇ ਜਦੋਂ ਸਨੋਅ ਫਾਲ ਹੁੰਦਾ। ਤੁਸੀਂ ਦੇਖ ਸਕਦੇ ਹੋ ਪਿੱਛੇ ਦੂਰ ਦੂਰ ਤੱਕ ਬਹੁਤ ਜ਼ਿਆਦਾ ਸਨੋਅ ਪਈ ਹੈ, ਦੋ ਦੋ ਚਾਰ ਚਾਰ ਫੁੱਟ। ਸੋ ਆਪਾਂ ਦਿਲ ਦੀਆਂ ਗੱਲਾਂ ਦੀ ਸ਼ੁਰੂਆਤ ਕਰਦੇ ਹਾਂ ਮੇਰੇ ਬਚਪਨ ਤੋਂ, ਮੇਰੇ ਉਸ ਪਿੰਡ ਤੋਂ ਜਿੱਥੇ ਮੈਂ ਪੈਦਾ ਹੋਇਆ, ਜਿੱਥੋਂ ਮੈਂ ਮੇਰੇ ਫਨ ਦੀ, ਮੇਰੀ ਤਾਲੀਮ ਦੀ ਸ਼ੁਰੂਆਤ ਹੋਈ। ਸੋ ਦੋਸਤੋ, ਮੇਰਾ ਜਨਮ ਹੋਇਆ ਡਿਸਟ੍ਰਿਕਟ ਕਪੂਰਥਲਾ ਦੇ ਇੱਕ ਛੋਟੇ ਜਿਹੇ ਪਿੰਡ ਕੋਟ ਕਰਾਰਖਾਂ ਵਿੱਚ, ਔਰ ਮੇਰੇ ਪਿਤਾ ਜੀ ਸਵਰਗੀ ਮਾਸਟਰ ਅਮਰਨਾਥ ਜੀ ਔਰ ਮੇਰੇ ਦਾਦਾ ਜੀ, ਜਿਨ੍ਹਾਂ ਨੂੰ ਸਾਰੀ ਦੁਨੀਆ ਬੜੇ ਛੋਟੇ ਜਿਹੇ ਨਾਂ ਦੇ ਨਾਲ ਨੂਰੂ ਕਹਿ ਕੇ ਬੁਲਾਉਂਦੀ ਸੀ, ਔਰ ਆਪਣੇ ਵੇਲੇ ਦੇ ਉਹ ਬਹੁਤ ਚੰਗੇ ਗਵੱਈਏ ਰਹੇ, ਲੇਕਿਨ ਮੀਡੀਆ ਨਾ ਹੋਣ ਕਰਕੇ ਉਹਨਾਂ ਦਾ ਜਿਹੜਾ ਰਾਬਤਾ ਸੀ ਉਹ ਲੋਕਾਂ ਦੇ ਨਾਲ ਜ਼ਿਆਦਾ ਨਹੀਂ ਹੋ ਪਾਇਆ। ਔਰ ਮੇਰੇ ਬਾਪੂ ਜੀ ਹਮੇਸ਼ਾ ਜਦੋਂ ਮੈਂ ਉਹਨਾਂ ਦੇ ਨਾਲ ਸਾਈਕਲ 'ਤੇ ਬੈਠ ਕੇ ਜਾਇਆ ਕਰਦਾ ਸੀ, ਅਤੇ ਉਹ ਪਹਾੜੀ ਬੜਾ ਫੇਵਰੇਟ ਰਾਗ ਸੀ ਉਹਨਾਂ ਦਾ, ਔਰ ਹਮੇਸ਼ਾ ਉਹ ਗੁਣਗੁਣਾਉਂਦੇ ਰਹਿੰਦੇ ਹੁੰਦੇ ਸੀਗੇ।
ਅਤੇ ਇਹ ਕਹਿ ਸਕਦੇ ਹਾਂ ਕਿ ਜਿਹੜੀ ਮੇਰੀ ਗਾਣੇ ਵਜਾਉਣੇ ਦੀ ਸ਼ੁਰੂਆਤ ਹੋਈ ਉਹ ਮੈਨੂੰ ਮੇਰੇ ਘਰ ਤੋਂ, ਕਿਉਂਕਿ ਮੈਂ ਜਦੋਂ ਪਹਿਲਾ ਸਾਹ ਲਿਆ ਦੁਨੀਆ 'ਚ ਆ ਕੇ ਅਤੇ ਮਿਊਜ਼ਿਕ ਦੀਆਂ ਫਜ਼ਾਵਾਂ ਦੇ ਵਿੱਚ ਲਿਆ, ਕਿਉਂਕਿ ਮੇਰੇ ਤੋਂ ਮੇਰੇ ਸਾਰੇ ਵੱਡੇ ਭਾਈ ਮਿਊਜ਼ਿਕ ਨਾਲ ਜੁੜੇ ਸੀ, ਉਹਨਾਂ ਦਾ ਆਪਣਾ ਜਿਹੜਾ ਕਿੱਤਾ ਸੀ, ਜਿਹੜਾ ਉਹਨਾਂ ਦਾ ਕਾਰੋਬਾਰ ਸੀ ਉਹ ਇੱਕ ਬੈਂਡ ਦਾ ਕਾਰੋਬਾਰ ਸੀ। ਜਿਵੇਂ ਤੁਸੀਂ ਵੇਖਦੇ ਹੋ ਵਿਆਹਾਂ ਸ਼ਾਦੀਆਂ 'ਚ ਆਪਣੇ ਪੰਜਾਬ ਦੇ ਅੰਦਰ ਬੈਂਡ ਵਜਾਇਆ ਜਾਂਦਾ ਜਦੋਂ ਕੋਈ ਸ਼ਾਦੀ ਹੁੰਦੀ ਹੈ ਜਾਂ ਕੋਈ ਵੀ ਖੁਸ਼ੀ ਦਾ ਟਾਈਮ ਹੁੰਦਾ। ਸੋ ਓਬਵੀਅਸਲੀ ਜਿਹੜੇ ਲੋਕ ਵਾਜੇ ਵਾਲੇ ਬੈਂਡ ਵਾਲੇ ਜਿਹਨਾਂ ਨੂੰ ਕਿਹਾ ਜਾਂਦਾ ਉਹ ਸੁਰੀਲੇ ਹੁੰਦੇ ਨੇ, ਕਿਉਂਕਿ ਸੰਗੀਤ ਉਹਨਾਂ ਦੇ ਰੋਮ ਰੋਮ 'ਚ ਹੁੰਦਾ। ਸੋ ਮੈਨੂੰ ਘਰੋਂ ਇਹ ਗੁੜਤੀ ਮਿਲੀ ਗਾਣੇ ਵਜਾਉਣੇ ਦੀ, ਔਰ ਮੇਰੇ ਤੋਂ ਬੜੇ ਭਾਈ ਸਵਰਗੀ ਮਾਸਟਰ ਹਰਬੰਸ ਲਾਲ ਜੀ, ਜਿਹਨਾਂ ਨੂੰ ਅਸੀਂ ਬਾਬਾ ਭਾਅ ਜੀ ਕਹਿ ਕੇ ਸਾਰੇ ਜਾਣਦੇ ਸੀ ਔਰ ਜਾਣਦੇ ਰਹਿਣਗੇ, ਉਹਨਾਂ ਨੇ, ਉਹ ਬੜੇ ਅੱਛੇ ਤਬਲਾ ਨਿਵਾਸ ਸੀ ਔਰ ਉਹ ਇੱਕ ਬੜੀ ਫੇਮਸ ਕਵਾਲ ਪਾਰਟੀ ਹੋਇਆ ਕਰਦੀ ਸੀ ਉਸ ਟਾਈਮ ਬਾਪੂ ਬਖਸ਼ੀ ਰਾਮ ਜੀ ਦੀ, ਔਰ ਉਹ ਉਹਨਾਂ ਦੀ ਪਾਰਟੀ ਦੇ ਬੜੇ ਕਮਾਲ ਦੇ ਤਬਲਾ ਨਿਵਾਸ ਸੀਗੇ, ਔਰ ਮੈਂ ਮੇਰੀ ਏਜ਼ ਹੋਏਗੀ ਕੋਈ ਉਸ ਟਾਈਮ 6-7 ਸਾਲ ਦੀ, ਔਰ ਉਹ ਮੈਨੂੰ ਆਪਣੇ ਨਾਲ ਕਈ ਵਾਰੀ ਲੈ ਜਾਂਦੇ ਹੁੰਦੇ ਸੀਗੇ। ਅਤੇ ਜਦੋਂ ਬਾਪੂ ਜੀ ਨੇ ਮੈਨੂੰ ਸੁਣਿਆ ਤਾਂ ਉਹਨਾਂ ਨੇ ਕਿਹਾ ਹਰਬੰਸ ਇਹ ਮੁੰਡਾ ਮੈਨੂੰ ਦੇ ਦੇ ਬੱਚਾ, ਮੈਂ ਮੈਨੂੰ ਲੱਗਦਾ ਹੈ ਕਿ ਇਹ ਕੁਛ ਬਣ ਸਕਦਾ। ਫਿਰ ਉਹਨਾਂ ਨੇ ਮੇਰੀ ਜਿਹੜੀ ਸ਼ੁਰੂਆਤ ਸੀ ਹਾਰਮੋਨੀਅਮ 'ਤੇ ਪਹਿਲੀ ਵਾਰੀ ਜਿਹੜਾ ਮੇਰਾ ਹੱਥ ਰਖਵਾਇਆ ਉਹ ਬਾਪੂ ਬਖਸ਼ੀ ਰਾਮ ਜੀ ਨੇ ਰਖਵਾਇਆ, ਔਰ ਉਹਨਾਂ ਤੋਂ ਬਾਅਦ ਜਦੋਂ ਮੇਰੀ ਨਾਲ ਨਾਲ ਪੜ੍ਹਾਈ ਦਾ ਸਿਲਸਿਲਾ ਚੱਲਿਆ ਅਤੇ ਮੇਰੇ ਲਈ ਸੋਨੇ 'ਤੇ ਸੁਹਾਗਾ ਇੱਕ ਹੋਰ ਗੱਲ ਵੀ ਹੋਈ ਕਿ ਜਿਹੜੇ ਮੇਰੇ ਟੀਚਰ ਸੀਗੇ ਮਾਸਟਰ ਗੁਰਦਾਸ ਕੰਵਲ ਜੀ, ਉਹ ਬਜ਼ਾਤੇ ਖੁਦ ਬੜੇ ਅੱਛੇ ਫਨਕਾਰ ਸੀ ਆਪਣੇ ਵੇਲੇ ਦੇ, ਔਰ ਜਦੋਂ ਉਹਨਾਂ ਨੇ ਮੈਨੂੰ ਸੁਣਿਆ ਤਾਂ ਮੈਂ ਪਹਿਲਾਂ ਸ਼ੁਰੂ ਸ਼ੁਰੂ 'ਚ ਬੜਾ ਸੰਗਾਊ ਸੁਭਾਅ ਦਾ ਹੁੰਦਾ ਸੀ ਔਰ ਮੈਂ ਗਾਉਂਦਾ ਨਹੀਂ ਸੀ ਹੁੰਦਾ, ਮੈਂ ਚੋਰੀ ਗਾਉਂਦਾ ਹੁੰਦਾ ਸੀ, ਲੁੱਕ ਕੇ ਗਾਉਣਾ। ਪਰ ਜਦੋਂ ਉਹਨਾਂ ਨੇ ਇੱਕ ਫੰਕਸ਼ਨ ਚੱਲ ਰਿਹਾ ਸੀ ਸਕੂਲ ਦਾ ਔਰ ਉਹਨਾਂ ਨੇ ਮੇਰਾ ਨਾਂ ਅਨਾਊਂਸ ਕਰ ਦਿੱਤਾ ਅਤੇ ਮੈਨੂੰ ਉੱਥੇ ਗਾਉਣਾ ਪਿਆ, ਜਦੋਂ ਮੈਂ ਉੱਥੇ ਗਾਇਆ ਤਾਂ ਫਿਰ ਉਸ ਤੋਂ ਬਾਅਦ ਚੱਲ ਸੋ ਚੱਲ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹਿਣਾ। ਠੰਡ ਬਹੁਤ ਹੈ, ਚਾਹ ਦਾ ਕੱਪ ਪੀ ਆਈਏ, ਇਸ ਕਰਕੇ ਇੱਕ ਬ੍ਰੇਕ ਕਰਦੇ ਹਾਂ। ਸਾਡੇ ਸਰੋਤਿਆਂ ਨੂੰ ਦੱਸੋ ਕਿ ਸੂਫੀ ਗਾਣੇ ਨਾਲ ਇਸ਼ਕ ਕਿੱਦਾਂ ਹੋਇਆ? ਸੂਫੀ ਸ਼ਾਇਰੀ ਔਰ ਸੂਫੀ ਸੰਗੀਤ ਨਾਲ ਮੇਰਾ ਮੋਹ ਜਿਹੜਾ ਸੀਗਾ ਉਹ ਬਚਪਨ ਤੋਂ ਇਸ ਕਰਕੇ ਸੀ ਕਿ ਜਦੋਂ ਮੇਰੇ ਬਚਪਨ ਦੇ ਦਿਨ ਸੀਗੇ ਉਦੋਂ ਟੈਲੀਵਿਜ਼ਨ ਨਹੀਂ ਹੋਇਆ ਕਰਦਾ ਸੀ ਔਰ ਆਲ ਇੰਡੀਆ ਰੇਡੀਓ ਜਲੰਧਰ ਅਤੇ ਰੇਡੀਓ ਲਾਹੌਰ ਤੋਂ ਅਕਸਰ ਉੱਥੋਂ ਦੇ ਜਿਹੜੇ ਗਵੱਈਏ ਸੀਗੇ ਜਾਂ ਆਪਣੇ ਇੰਡੀਆ ਦੇ ਜਿਹੜੇ ਗਵੱਈਏ ਸੀ ਉਹਨਾਂ ਦੇ ਗਾਣੇ ਸੁਣਨ ਨੂੰ ਮਿਲਦੇ ਸੀ ਔਰ ਉਹ ਅਕਸਰ ਮੈਂ ਸੂਫੀ ਜਦੋਂ ਸੁਣਦਾ ਸੀ ਅਤੇ ਗਲੀ ਦੇ ਵਿੱਚ ਦੀ ਤੁਰੇ ਜਾਂਦੇ ਆਪ ਮੁਹਾਰੇ ਮੇਰੇ ਪੈਰ ਰੁਕ ਜਾਂਦੇ ਸੀ ਜਦੋਂ ਮੇਰੇ ਕੰਨ 'ਚ ਕੋਈ ਆਵਾਜ਼ ਪੈਂਦੀ ਸੀ। ਸੋ ਇਸ ਲਈ ਇਹ ਕਹਿ ਸਕਦੇ ਹਾਂ ਕਿ ਜਿਹੜਾ ਸੂਫੀ ਗਾਣਾ ਵਜਾਉਣਾ, ਬਲਕਿ ਮੈਂ ਇਹ ਕਹਿ ਸਕਦਾ ਕਿ ਮੇਰੀ ਸ਼ੁਰੂਆਤ ਹੀ ਸੂਫੀ ਤੋਂ ਹੋਈ, ਕਿਉਂਕਿ ਮੈਂ ਸਕੂਲ 'ਚ ਜਦੋਂ ਫਸਟ ਟਾਈਮ ਪਹਿਲੀ ਪਰਫੋਰਮੈਂਸ ਦਿੱਤੀ ਔਰ ਮੈਂ ਪਹਿਲੀ ਵਾਰੀ ਸੂਫੀ ਕਲਾਮ ਦੇ ਨਾਲ ਮੇਰਾ ਆਗਾਜ਼ ਹੋਇਆ ਸਟੇਜ ਦਾ, ਲਾਲ ਮੇਰੀ ਪੱਤ ਰੱਖੀ ਉਹ ਭਲਾ ਝੂਲੇ ਲਾਲਣ, ਉਹਦੇ ਤੋਂ ਮੇਰੀ ਸ਼ੁਰੂਆਤ ਹੋਈ ਔਰ ਉਸ ਤੋਂ ਬਾਅਦ ਲਗਾਤਾਰ ਜਿਹੜਾ ਇਹ ਸਫ਼ਰ ਇਹ ਕਾਰਵਾਂ ਜਿਹੜਾ ਉਹ ਮੁਸਲਸਲ ਅਜੇ ਤੱਕ ਚੱਲਿਆ ਜਾ ਰਿਹਾ। ਸਾਡੇ ਸਰੋਤਿਆਂ ਨੂੰ ਇਹ ਵੀ ਜ਼ਰੂਰ ਦੱਸੋ ਕਿ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਵਿੱਚੋਂ ਤੁਹਾਡਾ ਕਿਹੜਾ ਐਸਾ ਗਵੱਈਆ ਜਿਹੜਾ ਤੁਹਾਨੂੰ ਤੁਹਾਨੂੰ ਤੁਹਾਡਾ ਆਈਡਲ ਹੈ, ਜਿਹਨੂੰ ਤੁਸੀਂ ਆਈਡਲ ਮੰਨਦੇ ਹੋ ਜਾਂ ਬਹੁਤ ਅੱਛਾ ਬਹੁਤ ਸੁਰੀਲਾ? ਦੋਨਾਂ ਪੰਜਾਬਾਂ ਦੀ ਗੱਲ ਕਰਦਾ ਮੈਂ ਕਿ ਜਿਹੜਾ ਸਾਡੇ ਵਾਲਾ ਪੰਜਾਬ ਹੈ ਉਸ ਪੰਜਾਬ ਤੋਂ ਸਭ ਤੋਂ ਵੱਧ ਅਸਰ ਮੇਰੇ ਅਤੇ ਮੇਰੇ ਗੁਰੂ ਜੀ ਦਾ ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ ਦੇ ਗਾਣੇ ਦਾ ਰਿਹਾ, ਕਿਉਂਕਿ ਮੈਂ ਉਹਨਾਂ ਨੂੰ ਘੰਟਿਆਂ ਬੱਧੀ ਬੈਠ ਬੈਠ ਕੇ ਸੁਣਿਆ ਔਰ ਉਹਨਾਂ ਦੇ ਨਾਲ ਮੈਂ ਤਬਲਾ ਵਜਾਉਂਦਾ ਰਿਹਾ, ਹਾਰਮੋਨੀਅਮ ਵਜਾਉਂਦਾ ਰਿਹਾ ਅਤੇ ਕਈ ਵਾਰ ਤਾਂ ਇਹ ਹੁੰਦਾ ਸੀਗਾ ਕਿ ਕਿਤੇ ਦੂਰਦਰਸ਼ਨ ਦੀ ਰਿਕਾਰਡਿੰਗ 'ਤੇ ਬੈਠੇ ਹਾਂ ਅਤੇ ਮੈਂ ਉਹਨਾਂ ਦਾ ਗਾਣਾ ਸੁਣਦਾ ਸੁਣਦਾ ਤਬਲਾ ਵਜਾਉਣਾ ਭੁੱਲ ਜਾਂਦਾ, ਉਹਨਾਂ ਦੇ ਗਾਣੇ 'ਚ ਗਵਾਚ ਜਾਂਦਾ। ਸੋ ਸਭ ਤੋਂ ਵੱਧ ਉਹਨਾਂ ਦਾ ਜਿਹੜਾ ਗਾਣਾ ਉਹ ਮੇਰੇ 'ਤੇ ਉਸ ਉਹਨਾਂ ਦੇ ਗਾਣੇ ਦਾ ਅਸਰ ਰਿਹਾ। ਔਰ ਜੇ ਲਹਿੰਦੇ ਪੰਜਾਬ ਦੀ ਗੱਲ ਕਰੀਏ ਅਤੇ ਖਾਨ ਸਾਹਿਬ ਗੁਲਾਮ ਅਲੀ ਖਾਨ ਸਾਹਿਬ ਦਾ ਮੈਂ
ਕੱਟੜ ਫੈਨ ਰਿਹਾ ਬਚਪਨ ਤੋਂ, ਉਹਨਾਂ ਨੂੰ ਬਹੁਤ ਸੁਣਿਆ, ਬਹੁਤ ਜ਼ਿਆਦਾ ਸੁਣਿਆ, ਔਰ ਅੱਜ ਵੀ ਕਿਤੇ ਵੀ ਬੈਠਦੇ ਹਾਂ ਅਤੇ ਕੋਈ ਵੀ ਗਵੱਈਆ ਸੁਣਦੇ ਹਾਂ ਤਾਂ ਦਿਲ ਕਰਦਾ ਹੁੰਦਾ ਇੱਕ ਵਾਰੀ ਖਾਨ ਸਾਹਿਬ ਦੀ ਕੋਈ ਚੀਜ਼ ਸੁਣ ਲਈ। ਸੋ ਉਹਨਾਂ ਦੇ ਗਾਣੇ ਦਾ ਬਹੁਤ ਅਸਰ ਹੈ। ਤੁਸੀਂ ਇੰਨਾ ਗਾਣਾ ਗਾਇਆ, ਸੋ ਮੈਂ ਤਾਂ ਫੈਸਲਾ ਨਹੀਂ ਕਰ ਸਕਦਾ ਕਿ ਕਿਹੜਾ ਗਾਣਾ ਸਭ ਤੋਂ ਜ਼ਿਆਦਾ ਖੂਬਸੂਰਤ ਹੈ ਅਤੇ ਅੱਛਾ ਹੈ। ਸੋ ਤੁਸੀਂ ਕੀ ਕਹੋਗੇ, ਤੁਹਾਡੇ ਲਈ ਕਿਹੜਾ ਗਾਣਾ ਸਭ ਤੋਂ ਜ਼ਿਆਦਾ ਤੁਹਾਡੇ ਲਈ ਅੱਛਾ ਹੈ? ਜਿਵੇਂ ਪੇਰੈਂਟਸ ਨੂੰ, ਮਾਂ ਬਾਪ ਨੂੰ ਆਪਣੇ ਸਾਰੇ ਬੱਚਿਆਂ ਨਾਲ ਬੇਇਨਤਹਾ ਮੁਹੱਬਤ ਹੁੰਦੀ ਹੈ, ਭਾਵੇਂ ਉਹ ਵਿਚਾਰੇ ਕਾਲੇ ਪੀਲੇ ਹੋਣ ਮੇਰੇ ਵਰਗੇ, ਪਰ ਇੱਕ ਗਵੱਈਏ ਲਈ ਇਹ ਸਵਾਲ ਬਹੁਤ ਕਮਾਲ ਦਾ, ਹਰ ਇੱਕ ਹੋਸਟ ਕਰਦਾ ਇਹ ਸਵਾਲ। ਪਰ ਕੁਝ ਕਲਾਮ ਐਸੇ ਹੁੰਦੇ ਨੇ ਜਿਹੜੇ ਤੁਹਾਡੇ ਦਿਲ ਦੇ ਬਹੁਤ ਨੇੜੇ ਹੁੰਦੇ ਨੇ। ਸੋ ਮੇਰੇ ਜਿੰਨੇ ਵੀ ਅੱਜ ਤੱਕ ਮੈਂ ਗੀਤ ਗਾਏ ਨੇ, ਮੈਂ ਆਪਣੇ ਗੀਤਾਂ ਨੂੰ ਬਹੁਤ ਘੱਟ ਸੁਣਦਾ ਉਹਨਾਂ ਰਿਕਾਰਡ ਕਰਨ ਤੋਂ ਬਾਅਦ, ਕਿਉਂਕਿ ਜਦੋਂ ਉਹਨਾਂ ਨੂੰ ਆਪਾਂ ਸੁਣਦੇ ਹਾਂ ਤਾਂ ਉਹ ਫਿਰ ਇੱਦਾਂ ਲੱਗਦਾ ਹੁੰਦਾ ਕਿ ਯਾਰ ਇਹਨੂੰ ਇੱਦਾਂ ਵੀ ਗਾਇਆ ਜਾ ਸਕਦਾ ਜੀ, ਇੱਦਾਂ ਵੀ ਗਾਇਆ ਜਾ ਸਕਦਾ ਜੀ, ਉਹ ਕਮੀਆਂ ਜਿਹੜੀਆਂ ਹੁੰਦੀਆਂ ਇੱਕ ਪਛਤਾਵਾ ਬਣ ਕੇ ਰਹਿ ਜਾਂਦੀਆਂ। ਸੋ ਮੇਰੇ ਦਿਲ ਦੇ ਬਹੁਤ ਕਰੀਬ ਜਿਹੜਾ ਗੀਤ ਹੈ ਉਹ ਅਹੁਜਾ ਸਾਹਿਬ ਨੇ ਉਹ ਗੀਤ ਕੀਤਾ ਸੀਗਾ ਗੁਲਾਬੋ ਕੈਸਟ ਦੇ ਅੰਦਰ, ਸੋਨੇ ਦੇ ਵੇ ਕੰਗਣਾ ਕੈਸਟ ਦੇ ਅੰਦਰ, ਵਿਜੇ ਧਾਮੀ ਹੋਰਾਂ ਦੀ ਕਲਮ ਤੋਂ ਲਿਖਿਆ ਹੋਇਆ। ਇਹ ਸਾਡਾ ਹਾਲ ਵੇਖ ਕੇ ਰੋ ਪਏ ਫਿਰ ਰੋਂਦੇ ਰੋਂਦੇ ਟੁੱਟ ਗਏ, ਅਸੀਂ ਜਦ ਵੀ ਨਹੀਂ ਤਾਰਿਆਂ ਦੀ ਲੋਏ ਬੈਠੇ ਹਾਂ, ਤੈਨੂੰ ਕੀ ਦੱਸੀਏ ਅਸੀਂ ਤੁਰ ਅੰਦਰ ਤਕਲੀਰ ਆ। ਐਵੇਂ ਗੱਲ ਨਹੀਂ ਬਣੀ, ਅਸੀਂ ਗਾ ਕੇ ਸੁਣਦੇ ਗਾ ਕੇ ਦੋ ਲਾਈਨਾਂ। ਚਲੋ ਕੋਸ਼ਿਸ਼ ਕਰਦਾ। ਸਾਡਾ ਹਾਲ ਵੇਖ ਕੇ ਰੋ ਪਏ, ਸਾਡਾ ਹਾਲ ਵੇਖ ਕੇ ਰੋ ਪਏ ਫਿਰ ਰੋਂਦੇ ਰੋਂਦੇ ਟੁੱਟ ਗਏ, ਅਸੀਂ ਜਦ ਵੀ ਨਹੀਂ ਤਾਰਿਆਂ ਦੀ ਹੋਏ, ਜਦ ਵੀ ਨਹੀਂ ਤਾਰਿਆਂ ਦੀ ਲੋਏ ਬੈਠੇ, ਤੈਨੂੰ ਕੀ ਦੱਸੀਏ ਨੀ, ਤੈਨੂੰ ਕੀ ਦੱਸੀਏ ਅਸੀਂ ਤੁਰੇ ਅੰਦਰ ਤੱਕ ਲੀਰਾਂ, ਤੁਰੇ ਅੰਦਰ ਤੱਕ ਲੀਰਾਂ ਹੋਏ ਬੈਠੇ, ਤੈਨੂੰ ਕੀ ਦੱਸੀਏ ਹਾਏ ਕੀ ਦੱਸੀਏ। ਸੋ ਲੋਕੀ ਤੁਹਾਨੂੰ ਅਤੇ ਤੁਹਾਡੇ ਗਾਣੇ ਨੂੰ ਇੰਨਾ ਪਿਆਰ ਕਰਦੇ ਨੇ, ਸੋ ਕਿਹੜਾ ਐਸਾ ਸ਼ਖਸ ਹੈ ਜਿਹਨੂੰ ਤੁਸੀਂ ਜ਼ਿਆਦਾ ਪਿਆਰ ਕਰਦੇ? ਕਿਹੜਾ ਐਸਾ ਸ਼ਖਸ ਹੈ ਜਿਹਨੂੰ ਤੁਸੀਂ ਪਿਆਰ? ਕਿਆ ਬਾਤ ਹੈ, ਬਹੁਤ ਕਸੂਤਾ ਜਿਹਾ ਸਵਾਲ ਹੈ। ਦਰਅਸਲ ਮੈਂ ਉਸ ਹਰ ਸ਼ਖਸ ਨੂੰ ਉਹਦੇ ਨਾਲੋਂ ਦੁੱਗਣੀ ਮੁਹੱਬਤ ਕਰਦਾ ਜਿਹੜਾ ਮੈਨੂੰ ਥੋੜ੍ਹੀ ਜਿਹੀ ਮੁਹੱਬਤ ਕਰਦਾ, ਔਰ ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਉਹਨੂੰ ਢੇਰ ਸਾਰੀ ਮੁਹੱਬਤ ਕਰਾਂ। ਅਤੇ ਬਾਕੀ ਦੁਨੀਆਂ ਦੇ ਵਿੱਚ ਰੱਖ ਫਕੀਰਾ ਐਸਾ ਬਹਿਣ ਖਲੋਣ, ਕੋਲ ਹੋਵੇਂ ਅਤੇ ਹੱਸਣ ਲੋਕੀ ਤੁਰ ਜਾਈਏ ਅਤੇ ਰੋਣ। ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਪਣੀ ਰੂਹ ਨੂੰ ਜਾਂ ਆਪਣੀ ਜ਼ਿੰਦਗੀ ਨੂੰ ਇਸ ਤਰੀਕੇ ਨਾਲ ਯੂਜ਼ ਕਰੇ ਬੰਦਾ, ਜਾਂ ਉਹਨੂੰ ਜੀਵੇ ਉਸ ਤਰੀਕੇ ਨਾਲ ਕਿ ਲੋਕ ਉਹਦੇ ਜਾਣ ਤੋਂ ਬਾਅਦ ਵੀ ਉਹਨੂੰ ਪਿਆਰ ਕਰਦੇ ਰਹਿਣ। ਅੱਛਾ ਇੱਕ ਗੱਲ ਮੈਂ ਪੁੱਛਣਾ ਚਾਹਾਂਗਾ ਤੁਹਾਡੇ ਕੋਲ, ਇੱਕੋ ਹੀ ਪੁੱਛਣਾ। ਹਾਂ ਇੱਕੋ ਹੀ, ਜੇ ਹੰਝੂ ਗਾਣੇ ਨੂੰ ਕਿਸੇ ਹੋਰ ਕੰਪੋਜੀਸ਼ਨ ਵਿੱਚ ਗਾਣਾ ਹੋਵੇ ਤਾਂ ਕਿੱਦਾਂ ਗਾਓਗੇ? ਹਾਂ ਬਿਲਕੁਲ, ਜੇ ਉਹਨੂੰ ਕਵੀਸ਼ਰੀ ਦੇ ਰੂਪ 'ਚ ਗਾਉਣਾ ਹੋਵੇ ਤਾਂ ਗਾਵਾਂਗੇ, ਇਹ ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ ਜਾਵੇ ਕਦਰੇ। ਤੁਹਾਡੇ ਅਕੋਰਡਿੰਗ ਸੁਰ ਦੀ ਡੈਫੀਨੇਸ਼ਨ ਕੀ ਆ? ਮੇਰੇ ਹਿਸਾਬ ਦੇ ਨਾਲ ਸੁਰ ਪਰਮਾਤਮਾ, ਜਿਵੇਂ ਬੰਦੇ ਨੂੰ ਬੜਾ ਲੌਂਗ ਟਾਈਮ ਰੱਬ ਦੀ ਸਮਝ ਨਹੀਂ ਆਉਂਦੀ ਅਤੇ ਇਸੇ ਤਰ੍ਹਾਂ ਸੁਰ ਦੀ ਸਮਝ ਵੀ ਨਹੀਂ ਆਉਂਦੀ, ਅਤੇ ਜੇ ਥੋੜ੍ਹੀ ਜਿਹੀ ਸੁਰ ਦੀ ਸਮਝ ਆਉਣ ਲੱਗ ਜਾਵੇ ਤਾਂ ਬੰਦੇ ਦਾ ਟਾਈਮ ਖਤਮ ਹੋ ਜਾਂਦਾ, ਫਿਰ ਦੁਨੀਆਂ ਤੋਂ ਤਿਆਰੀ ਕਰ ਲੈਂਦਾ ਚੱਲੀਏ ਭਾਈ। ਇਸ ਕਰਕੇ ਸੁਰ ਵੀ ਨਾਜ਼ੁਕ ਹੈ ਅਤੇ ਪਰਮਾਤਮਾ ਵੀ ਨਾਜ਼ੁਕ ਹੈ, ਗੋਰਖ ਧੰਦਾ ਇਹਦੀ ਸਮਝ ਨਹੀਂ ਲੱਗਦੀ, ਪਰ
ਸੁਰ ਦੀ ਸਮਝ ਵੀ ਤਾਂ ਹੀ ਲੱਗਦੀ ਜੇ ਬੰਦਾ ਗੁਰੂ ਬਣਾਵੇ, ਅਤੇ ਰੱਬ ਦੀ ਸਮਝ ਵੀ ਤਾਂ ਲੱਗਦੀ ਹੈ ਜੇ ਕਾਮਲ ਗੁਰੂ ਬਣਾਇਆ ਜਾਵੇ, ਮੁਰਸ਼ਦ ਬਣਾਇਆ ਜਾਵੇ। ਸੋ ਉਹਨਾਂ ਲੋਕਾਂ ਬਾਰੇ ਕੀ ਕਹੋਗੇ ਜਿਹੜੇ ਅੱਜ ਕੱਲ੍ਹ ਬਿਨਾਂ ਰਿਆਜ਼ ਕੀਤੇ ਹੀ ਐਲਬਮਸ ਕਰ ਰਹੇ ਨੇ? ਉਹਨਾਂ ਲੋਕਾਂ ਵਾਸਤੇ ਮੈਂ ਇਹੀ ਕਹੂੰਗਾ ਕਿ ਮਾਲਕ ਉਹਨਾਂ ਨੂੰ ਬੁੱਧੀ ਦੇਵੇ ਔਰ ਉਹਨਾਂ ਨੂੰ ਸਿੱਖਣ ਦੀ ਤੋਫੀਕ ਬਖਸ਼ੇ। ਕਿਉਂਕਿ ਮੈਂ ਤਾਂ ਆਪਣੇ ਬਜ਼ੁਰਗਾਂ ਤੋਂ ਹਮੇਸ਼ਾ ਇਹੀ ਗੱਲ ਸੁਣੀ ਸੀ। ਮੈਂ ਆਪਣੇ ਬਾਪੂ ਜੀ ਨੂੰ ਇੱਕ ਵਾਰੀ ਪੁੱਛਿਆ, ਬਾਪੂ ਜੀ ਅਸਲ 'ਚ ਸੰਗੀਤ ਕੀ ਆ, ਗਾਣਾ ਵਜਾਉਣਾ ਹੈ ਕੀ ਹੈ? ਅਤੇ ਮੇਰੇ ਬਾਪੂ ਜੀ ਨੇ ਮੈਨੂੰ ਜਵਾਬ ਦਿੱਤਾ, ਬੇਟਾ ਸੰਗੀਤ ਸਭ ਤੋਂ ਪਹਿਲਾਂ ਤਾਂ ਇਹ ਇਬਾਦਤ ਹੈ, ਔਰ ਉਸ ਤੋਂ ਬਾਅਦ ਜਿਹੜੀ ਸੰਗੀਤ ਦੀ ਡੈਫੀਨੇਸ਼ਨ ਹੈ ਉਹ ਇਹ ਹੈ ਕਿ ਜਿਹੜਾ ਗਵੱਈਆ ਉਹਦਾ ਗਾਣਾ ਵਜਾਉਣਾ ਜਿਹੜਾ ਉਹ ਸੁਣਨ ਵਾਲੇ ਦੇ ਕੰਨਾਂ ਦੇ ਰਾਹੀਂ ਔਰ ਅੱਖਾਂ ਦੇ ਰਾਹੀਂ ਉਹਦੀ ਰੂਹ ਤੱਕ ਚਲੇ ਜਾਵੇ। ਸੰਗੀਤ ਹੈ, ਸੁਰ ਇਹ ਹੈ। ਸੋ ਇੱਕ ਗੱਲ ਹੋਰ, ਜਦੋਂ ਤੁਸੀਂ ਦਾਦਾ ਗੁਰੂ ਜੀ ਤੋਂ ਉਸਤਾਦ ਪੂਰਨ ਸ਼ਾਹ ਕੁੱਟੀ ਜੀ ਕੋਲ ਤਾਲੀਮ ਲੈਂਦੇ ਹੁੰਦੇ ਸੀ, ਕੋਈ ਇਹੋ ਜਿਹਾ ਪਲ ਜਿਹੜਾ ਤੁਹਾਨੂੰ ਹਾਲੇ ਤੱਕ ਵੀ ਯਾਦ ਹੋਵੇ, ਜਿਹੜਾ ਤੁਹਾਨੂੰ ਭੁੱਲਦਾ ਨਾ ਹੋਵੇ, ਸਾਡੇ ਸਰੋਤਿਆਂ ਨਾਲ ਜ਼ਰੂਰ ਸ਼ੇਅਰ ਕਰੋ? ਉਹਨਾਂ ਦੇ ਪਲ ਤਾਂ ਐਸੇ ਨੇ ਜਿਹੜੇ ਮੈਂ ਹਮੇਸ਼ਾ ਆਪਣੇ ਨਾਲ ਨਾਲ ਰੱਖਦਾ ਔਰ ਉਹ ਕਦੇ ਭੁੱਲਣ ਵਾਲੇ ਨਹੀਂ। ਮੈਨੂੰ ਇੱਕ ਬੜਾ ਕਮਾਲ ਦਾ ਪਲ ਔਰ ਬੜਾ ਮਜ਼ਾਕੀਆ, ਇਹਨੂੰ ਪਲ ਵੀ ਕਹਿ ਸਕਦੇ ਹਾਂ, ਪਰ ਮੈਂ ਇਹ ਕਹੂੰਗਾ ਕਿ ਉਹ ਮਜ਼ਾਕੀਆ ਘੱਟ ਸੀ ਪਰ ਮੇਰੇ ਵਾਸਤੇ ਉਹ ਮਾਰਗਦਰਸ਼ਕ ਪਲ ਬਹੁਤ ਵੱਡਾ ਸੀ। ਇੱਕ ਵਾਰੀ ਉਹਨਾਂ ਦੀ ਮੌਤ ਸੀਗੀ, ਰਾਤ ਨੂੰ ਅਸੀਂ ਬੈਠੇ ਅਤੇ ਜਿੱਦਾਂ ਰਿਆਜ਼ ਕਰਦੇ ਹੁੰਦੇ ਸੀ, ਤਾਂ ਮੈਂ ਔਰ ਉਹਨਾਂ ਦੇ ਸਾਲਾ ਸਾਹਿਬ ਮਦਨ ਜੀ, ਉਹ ਤਬਲਾ ਵਜਾ ਰਹੇ ਸੀ ਉਸ ਰਾਤ, ਅਤੇ ਗੁਰੂ ਜੀ ਆਪਣੀ ਮੌਤ 'ਚ ਸੀਗੇ, ਅਤੇ ਉਹ ਕਹਿੰਦੇ ਵੀ ਗਾਣਾ ਸੁਣਾ, ਵੀ ਮੈਂ ਗਾ ਰਿਹਾ ਅਤੇ ਪਤਾ ਨਹੀਂ ਉਹ ਕੋਈ ਜਗ੍ਹਾ ਕੋਈ ਮੈਨੂੰ ਦੱਸ ਰਹੀ ਆ ਜਗ੍ਹਾ ਲੈ, ਅਤੇ ਹੁਣ ਜਦੋਂ ਗੁਰੂ ਜੀ ਸਾਹਮਣੇ ਬੈਠੇ ਹੁਣ ਤਾਂ ਉੱਥੇ ਤਾਂ ਜਿਹੜੀ ਜਗ੍ਹਾ ਤੁਹਾਨੂੰ ਲੈਣੀ ਆਉਂਦੀ ਆ ਉਹ ਵੀ ਨਿਕਲ ਜਾਂਦੀ, ਕਈ ਵਾਰੀ ਘਬਰਾਹਟ 'ਚ ਨਿਕਲ ਜਾਂਦੀ ਕਿ ਹੁਣ ਇਹਨੂੰ ਕਿੱਦਾਂ ਕਰੀਏ। ਅਤੇ ਜੋ ਫਿਰ ਸਾਡਾ ਹਸ਼ਰ ਹੋਇਆ ਸੀ ਉਸ ਰਾਤ, ਉਹ ਪਲ ਜਿਹੜੇ ਉਹ ਨਾ ਭੁੱਲਣ ਵਾਲੇ ਆ, ਅਤੇ ਬਲਕਿ ਮੈਂ ਇਹ ਕਹਾਂਗਾ ਕਿ ਮੇਰੇ ਵਾਸਤੇ ਉਹ ਮਾਰਗਦਰਸ਼ਕ ਦਾ ਕੰਮ ਕਰਦੇ ਆ ਔਰ ਉਹਨਾਂ ਪਲਾਂ ਨੂੰ ਨਾਲ ਲੈ ਕੇ ਅੱਜ ਤੱਕ ਲੋਕਾਂ ਦੀ ਮੁਹੱਬਤ ਜਿਹੜੀ ਉਹ ਲੈ ਰਹੇ। ਉਸ ਰੰਗ ਦੇ ਦੋ ਬੋਲ ਜ਼ਰੂਰ ਸ਼ੇਅਰ ਕਰੋ ਸਾਡੇ ਸਰੋਤਿਆਂ ਦੇ ਨਾਲ। ਮਿਲਦੇ ਦਰਦਾਂ ਦੇ ਦਾਰੂ ਲੋਕ ਦੱਸੋ ਕਿੱਥੋਂ, ਮਿਲਦੇ ਵੱਧ ਗਏ ਵੀ ਚੋੜੇ ਤੂੰ, ਵੱਧ ਗਏ ਵੀ ਚੋੜੇ ਤੂੰ, ਰੋਗ ਮੇਰੇ ਦਿਲ ਦੇ ਦਰਦਾਂ ਦੇ। ਸੋ ਗਾਇਕੀ ਤੁਹਾਨੂੰ ਵਿਰਾਸਤ ਵਿੱਚ ਮਿਲੀ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਸ ਬਾਰੇ ਮੈਂ ਮਾਲਕ ਦਾ ਸ਼ੁਕਰ ਕਰਨਾ ਚਾਹੁੰਦਾ ਔਰ ਕਰਦਾ ਵੀ ਹਾਂ ਹਮੇਸ਼ਾ ਹੀ ਕਿ ਸਾਨੂੰ ਤਾਂ ਖੈਰ ਚਲੋ ਵਿਰਸੇ 'ਚੋਂ ਮਿਲੀ ਆ, ਅਤੇ ਜਿਵੇਂ ਬਜ਼ੁਰਗ ਲੋਕ ਕਹਿੰਦੇ ਆ ਕਿ ਗਵੱਈਆ ਜਿਹੜਾ ਉਹ ਬਣਦਾ ਨਹੀਂ ਬਲਕਿ ਪੈਦਾ ਹੀ ਹੁੰਦਾ ਅਕਸਰ, ਪਰ ਮੈਂ ਦੁਆ ਕਰਦਾ ਸਾਰੇ ਲੋਕਾਂ ਲਈ ਕਿ ਮਾਲਕ ਅੱਲਾ ਮੀਆਂ ਵਾਹਿਗੁਰੂ ਸਭ ਨੂੰ ਸੰਗੀਤ ਸੁਣਨ ਦੀ, ਕਿਉਂਕਿ ਸਭ ਤੋਂ ਵੱਡਾ ਅਤੇ ਸੁਣਨਾ ਸਭ ਤੋਂ ਵੱਡੀ ਚੀਜ਼ ਹੈ, ਅਤੇ ਸੰਗੀਤ ਸੁਣਨ ਦੀ ਔਰ ਸੰਗੀਤ ਨੂੰ ਅਪਣਾਉਣ ਦੀ ਜਿਹੜੀ ਉਹ ਤੋਫੀਕ ਸਾਰਿਆਂ ਨੂੰ ਬਖਸ਼ੇ, ਇਹ ਮੇਰੀ ਸਭ ਲਈ ਦੁਆ ਮਾਲਕ ਦੇ ਲਈ। ਤੁਸੀਂ ਕਾਫੀ ਸਮਾਂ 'ਚ ਉਸਤਾਦ ਚਰਨਜੀਤ ਓਜਾ ਸਾਹਿਬ ਨਾਲ ਬਿਤਾਇਆ ਜੀ, ਉਹਨਾਂ ਨਾਲ ਬੀਤੇ ਪਲ ਵੀ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਉਹਨਾਂ ਨਾਲ ਉਹਨਾਂ ਦੀ ਸ਼ਖਸੀਅਤ ਐਸੀ ਹੈ ਕਿ ਮੈਂ ਹਮੇਸ਼ਾ ਉਹਨਾਂ ਦੀ ਗੈਰ ਹਾਜ਼ਰੀ ਦੇ ਦੌਰਾਨ ਵੀ ਉਹਨਾਂ ਦੇ ਬਾਰੇ ਇਹ ਗੱਲ ਕਹਿੰਦਾ ਹੁੰਦਾ ਕਿ ਉਹ ਇਕੱਲਾ ਸੰਗੀਤਕਾਰ ਉਹਨਾਂ ਨੂੰ ਕਹਿ ਲਿਆ ਜਾਵੇ ਤਾਂ ਮੇਰਾ ਖਿਆਲ ਹੈ ਇਹ ਕੋਈ ਬਹੁਤ ਵੱਡੀ ਗੱਲ ਨਹੀਂ। ਸੰਗੀਤ ਤਾਂ ਉਹਨਾਂ ਦਾ ਜੱਗ ਜ਼ਾਹਿਰ ਹੈ, ਉਹ ਆਪਣੇ ਆਪ 'ਚ ਵੈਸੇ ਇੱਕ ਫਿਲੋਸਫਰ ਨੇ, ਉਹ ਆਪਣੇ ਆਪ 'ਚ ਇੱਕ ਯੂਨੀਵਰਸਿਟੀ ਆ ਆਪਣੇ ਆਪ 'ਚ ਚੱਲਦੀ ਫਿਰਦੀ, ਕਿਉਂਕਿ ਤੁਸੀਂ ਗਾਣੇ ਵਜਾਉਣ ਲਈ ਤਾਂ ਬੜਾ ਕੁਝ ਉਹਨਾਂ ਕੋਲ ਸਿੱਖਦੇ ਹੀ ਹੈ, ਲੇਕਿਨ ਤੁਸੀਂ ਨਿੱਜੀ ਜ਼ਿੰਦਗੀ 'ਚ ਵੈਸੇ ਨੋਰਮਲ ਲਾਈਫ ਜੀਣ ਲਈ ਉਹਨਾਂ ਕੋਲੋਂ ਐਸੀਆਂ ਐਸੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ। ਮੈਂ
8 10 ਸਾਲ ਉਹਨਾਂ ਦੇ ਚਰਨਾਂ 'ਚ ਰਿਹਾ ਤੇ ਹੁਣ ਵੀ ਖੈਰ ਉਹਨਾਂ ਦੇ ਚਰਨਾਂ 'ਚ ਹੀ ਆ ਕਿਉਂਕਿ ਉਹ ਹਮੇਸ਼ਾ ਆਲਵੇਜ਼ ਜਦੋਂ ਵੀ ਉਹਨਾਂ ਦੀ ਕੋਈ ਕੰਪੋਜੀਸ਼ਨ ਜੋ ਵੀ ਉਹਨਾਂ ਨੇ ਮੈਨੂੰ ਗਵਾਇਆ ਬਣਾ ਕੇ ਅੱਜ ਵੀ ਮੈਂ ਜਦੋਂ ਗਾਉਣਾ ਜਿੱਥੇ ਵੀ ਗਾਉਣਾ ਤੇ ਮੈਂ ਇਹੀ ਮਹਿਸੂਸ ਕਰਦਾ ਕਿ ਗੁਰੂ ਜੀ ਮੇਰੇ ਨਾਲ ਨੇ ਹੁਜਾ ਸਾਹਿਬ ਤੇ ਕਿਉਂਕਿ ਉਹਨਾਂ ਦੀ ਸ਼ਖਸੀਅਤ ਐਸੀ ਹੈ ਮੈਨੂੰ ਅਗਰ ਕੋਈ ਸਵਾਲ ਕਰੇ ਕਿ ਤੁਹਾਡੇ ਹਿਸਾਬ ਨਾਲ ਜੀ ਸੰਗੀਤਕਾਰਾਂ ਦਾ ਜ਼ਿਕਰ ਕਰੀਏ ਤੇ ਕਿਹੜਾ ਸੰਗੀਤਕਾਰ ਪਹਿਲੇ ਨੰਬਰ 'ਤੇ ਆ ਤੇ ਮੈਂ ਹਮੇਸ਼ਾ ਇਹ ਕਹਿੰਦਾ ਉਹਨਾਂ ਕਿ ਸਭ ਆਪਣੀ ਆਪਣੀ ਜਗ੍ਹਾ ਲੋਕ ਕਮਾਲ ਕੰਮ ਕਰਦੇ ਨੇ ਆਪਣਾ ਆਪਣੀ ਲਾਈਨ ਦਾ ਜੋ ਵੀ ਹੈ ਪਰ ਅਹੁਜਾ ਸਾਹਿਬ ਆਪਣੇ ਆਪ 'ਚ ਇੱਕ ਐਸੀ ਵੱਡੀ ਸ਼ਖਸੀਅਤ ਨੇ ਸੰਗੀਤ ਦੇ ਮਾਮਲੇ 'ਚ ਕੰਪੋਜੀਸ਼ਨ ਦੇ ਮਾਮਲੇ 'ਚ ਪ੍ਰੋਨਾਂਸੀਏਸ਼ਨ ਦੇ ਮਾਮਲੇ 'ਚ ਜਾਂ ਸ਼ਾਇਰੀ ਦੇ ਮਾਮਲੇ 'ਚ ਉਹ ਹਮੇਸ਼ਾ ਹਰ ਕਲਾ 'ਚ ਦੇ ਅੰਦਰ ਨਿਪੁੰਨ ਨੇ ਜਿਹਨੂੰ ਕਹਿ ਲਓ ਕਿ ਹਰਫਨ ਮੌਲਾ ਨੇ ਉਹ ਔਰ ਮੈਂ ਕਹੂੰਗਾ ਕਿ ਇੱਕ ਤੋਂ ਲੈ ਕੇ 21 ਨੰਬਰ ਤੱਕ ਅਹੁਜਾ ਸਾਹਿਬ ਹੀ ਨੇ। ਸੋ ਦੋਸਤੋ ਹੁਣ ਥੋੜ੍ਹੀ ਦੇਰ ਲਈ ਆਪਾਂ ਨੂੰ ਬ੍ਰੇਕ ਲੈਣੀ ਪੈਣੀ ਇਸ ਕਰਕੇ ਕਿ ਦੁਨੀਆ ਦੇ ਉਹ ਫਨਕਾਰ ਜਿਨ੍ਹਾਂ ਨੂੰ ਮੈਂ ਪਸੰਦ ਕਰਦਾ ਜਿਨ੍ਹਾਂ ਦਾ ਮੈਂ ਫੈਨ ਹਾਂ ਮੇਰੀ ਮੁਰਾਦ ਹੈ ਬੜੇ ਭਾਈ ਸਰਦੂਲ ਸਿਕੰਦਰ ਸਾਹਿਬ ਅਸੀਂ ਉਹਨਾਂ ਕੋਲ ਪਹੁੰਚਣ ਲੱਗੇ ਹਾਂ ਵਿਦ ਇਨ ਫਿਊ ਸੈਕਿੰਡਸ ਔਰ ਆਪਾਂ ਉੱਥੇ ਬੈਠ ਕੇ ਫਿਰ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ। ਸੋ ਆਪਾਂ ਥੋੜ੍ਹੀ ਦੇਰ ਲਈ ਲੈ ਲਈਏ ਨਿੱਕਾ ਜਿਹਾ ਬ੍ਰੇਕ। ਸੋਹਣਾ ਨਹੀਂ ਮੰਨਦਾ ਜੁਗ ਬੀਤ ਗਏ ਰਹਿ ਕੇ ਜ਼ਿੰਦਗਾਨੀ ਦੇ ਦਿਨ ਤੋੜੇ ਐਸਾ ਤੁਸੀਂ ਕੈਨੇਡਾ ਸ਼ੋਅ ਕਰਨ ਲਈ ਆਏ ਹੋ ਠੀਕ ਹੈ ਸੋ ਤੁਹਾਨੂੰ ਲੱਗਦਾ ਹੈ ਕਿ ਆਡੀਅੰਸ ਦਾ ਕੋਈ ਡਿਫਰੈਂਸ ਹੈ ਜਿੱਦਾਂ ਪੰਜਾਬ ਦੀ ਆਡੀਅੰਸ ਜਾਂ ਫਿਰ ਫੋਰਨ ਦੀ ਆਡੀਅੰਸ ਕੀ ਕਿਹੜੀ ਆਡੀਅੰਸ ਜ਼ਿਆਦਾ ਸੰਜੀਦਾ ਹੈ ਕਿਹੜੀ ਜ਼ਿਆਦਾ ਯਾਨੀ ਕਿ ਸੁਰੀਲਾ ਗਾਣਾ ਜਾਂ ਕਿੱਦਾਂ ਪਸੰਦ ਕਰਦੇ ਹੋ ਕਿਹੜੇ ਕਿਹੜੇ ਲੋਕ ਬੇਟਾ ਜਿਹੜਾ ਸੂਰਜ ਹੁੰਦਾ ਉਹ ਇੰਡੀਆ 'ਚ ਵੀ ਉਹੀ ਨਿਕਲਦਾ ਇੰਗਲੈਂਡ 'ਚ ਵੀ ਉਹੀ ਨਿਕਲਦਾ ਕੈਨੇਡਾ 'ਚ ਵੀ ਉਹੀ ਨਿਕਲਦਾ ਪੂਰੀ ਦੁਨੀਆ 'ਚ ਉਹੀ ਨਿਕਲਦਾ ਔਰ ਇਸੇ ਤਰ੍ਹਾਂ ਜਿਹੜੇ ਸਾਡੇ ਸਰੋਤੇ ਨੇ ਉਹ ਜਿੱਥੇ ਮਰਜ਼ੀ ਬੈਠੇ ਨੇ ਉਹ ਹੈ ਤਾਂ ਪੰਜਾਬੀ ਆ ਨਾ ਕਿਆ ਬਾਤ ਅਤੇ ਪਰ ਹਾਂ ਜੇ ਆਪਾਂ ਗੱਲ ਕਰੀਏ ਥੋੜ੍ਹੇ ਜਿਹੇ ਫਰਕ ਦੀ ਤਾਂ ਫਰਕ ਸਿਰਫ ਇੰਨਾ ਆ ਕਿ ਜਿਹੜੇ ਲੋਕ ਹਿੰਦੁਸਤਾਨ ਤੋਂ ਬਾਹਰ ਨੇ ਉਹਨਾਂ ਵਾਸਤੇ ਇੰਟਰਟੇਨਮੈਂਟ ਦੇ ਜਿਹੜੇ ਸਾਧਨ ਨੇ ਉਹ ਬਹੁਤ ਘੱਟ ਹੁੰਦੇ ਆ ਕਿਉਂਕਿ ਇੱਥੇ ਬੰਦਾ ਜਿਹੜਾ ਉਹ ਮਸ਼ੀਨ ਦੀ ਤਰ੍ਹਾਂ ਲੋਕ ਇੱਥੇ 20 ਘੰਟੇ ਕੰਮ ਕਰਦੇ ਆ ਔਰ 4 ਘੰਟੇ ਆਰਾਮ ਕਰਦੇ ਆ ਅਤੇ ਇੰਡੀਆ ਦੇ ਅੰਦਰ ਉਹ ਦਾਤੇ ਦਾ ਐਸਾ ਕਰਮ ਹੈ ਬਈ ਇੱਕ ਬੰਦਾ ਕੰਮ ਕਰਦਾ ਅਤੇ 20 ਬੰਦੇ ਸੌਂਦੇ ਆ ਫੈਮਿਲੀ ਦੇ ਲੋਕ ਉਹ ਸੁੱਤੇ ਰਹਿੰਦੇ ਆ ਇੱਕ ਬੰਦਾ ਕਮਾ ਕੇ ਉਹਨਾਂ ਨੂੰ ਰੋਟੀ ਖਵਾ ਰਿਹਾ ਅਤੇ ਇੱਥੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਵਾਸਤੇ ਜਿਹੜਾ ਮਨੋਰੰਜਨ ਹੈ ਉਹਦੇ ਸਾਧਨ ਜਿਹੜੇ ਬਹੁਤ ਘੱਟ ਨੇ ਸੋ ਇਸ ਕਰਕੇ ਇੱਥੇ ਵਾਲੇ ਲੋਕ ਜਿਹੜੇ ਨੇ ਉਹ ਗਵਈਆਂ ਨੂੰ ਜ਼ਿਆਦਾ ਮੁਹੱਬਤ ਇਸ ਕਰਕੇ ਦਿੰਦੇ ਆ ਕਿਉਂਕਿ ਉੱਥੇ ਤਾਂ ਹਰ ਪਿੰਡ 'ਚ ਕਦੇ ਕਿਸੇ ਪਿੰਡ 'ਚ ਮੇਲਾ ਅਗਲੇ ਹਫ਼ਤੇ ਕਿਸੇ ਪਿੰਡ 'ਚ ਮੇਲਾ ਆ ਅਗਲੇ 2 ਦਿਨਾਂ ਬਾਅਦ ਕਿਸੇ ਪਿੰਡ 'ਚ ਮੇਲਾ ਜਾਂ ਪਿੰਡ ਦੇ ਵਿੱਚ ਕੋਈ ਆਰਟਿਸਟ ਆ ਗਿਆ ਤਾਂ ਲੋਕ ਸੁਣ ਲੈਂਦੇ ਆ ਪਰ ਇੱਥੇ ਜਿਹੜੇ ਇੱਥੋਂ ਦੇ ਸਰੋਤੇ ਆ ਉਹਨਾਂ ਵਾਸਤੇ ਇਹ ਸਮੱਸਿਆ ਬਹੁਤ ਬੜੀ ਹੈ ਕਿ ਉਹ ਹਰ ਰੋਜ਼ ਜਾਂ
ਹਰ ਵੀਕ ਕਿਸੇ ਗਵੱਈਏ ਨੂੰ ਨਹੀਂ ਵੇਖ ਸਕਦੇ ਜਾਂ ਸੁਣ ਨਹੀਂ ਸਕਦੇ। ਸੋ ਇਸ ਕਰਕੇ ਇੱਥੇ ਵਾਲੇ ਜਿਹੜੇ ਸਰੋਤੇ ਉਹ ਜ਼ਿਆਦਾ ਮੁਹੱਬਤ ਦਿੰਦੇ। ਰਿਐਲਿਟੀ ਸ਼ੋਅਜ਼ ਬਾਰੇ ਗੱਲ ਕਰਦੇ ਹਾਂ, ਅੱਜ ਕੱਲ੍ਹ ਜਿੱਦਾਂ ਨਵੇਂ ਨਵੇਂ ਬੱਚਿਆਂ ਨੂੰ ਬਹੁਤ ਜ਼ਿਆਦਾ ਚਾਂਸ ਮਿਲ ਰਹੇ, ਚੈਨਲਸ 'ਤੇ ਆ ਰਹੇ ਨੇ, ਜਿਹਨਾਂ ਕੋਲ ਸੋਰਸਿਸ ਨਹੀਂ ਹੈਗੇ, ਜਿਹੜੇ ਅੱਗੇ ਨਹੀਂ ਆ ਸਕਦੇ ਜਾਂ ਪੈਸੇ ਨਹੀਂ ਖਰਚ ਸਕਦੇ, ਉਹਨਾਂ ਨੂੰ ਸੋਰਸ ਯਾਨੀ ਮਿਲ ਰਿਹਾ ਚੈਨਲ ਵੱਲੋਂ, ਉਸ ਬਾਰੇ ਕੀ ਕਹਿਣਾ ਚਾਹੋਗੇ? ਬਹੁਤ ਅੱਛੀ ਗੱਲ ਹੈ ਕਿ ਅੱਛਾ ਪਲੇਟਫਾਰਮ ਹੈ ਨਵੇਂ ਟੈਲੈਂਟ ਵਾਸਤੇ, ਪਰ ਮੈਂ ਵੇਖਿਆ ਹੈ ਕਿ ਜਦੋਂ ਕੋਈ ਵੀ ਕਿਸੇ ਵੀ ਜਿੱਦਾਂ ਪੰਜਾਬ ਦੇ ਅੰਦਰ ਜਿਹੜੇ ਅਲੱਗ ਅਲੱਗ ਚੈਨਲਸ ਨੇ ਉਹਨਾਂ 'ਤੇ ਬੜੇ ਪ੍ਰੋਗਰਾਮ ਚੱਲਦੇ ਨੇ, ਅਤੇ ਉਹ ਜਿੰਨੀ ਦੇਰ ਉਹ ਪ੍ਰੋਗਰਾਮ ਚੱਲਦਾ ਉਹ ਜਿਹੜਾ ਬੱਚਾ ਜਿਹੜਾ ਵਿਨ ਕਰ ਗਿਆ ਜਾਂ ਜਿਹੜਾ ਬੱਚਾ ਚਰਚਾ 'ਚ ਆ ਗਿਆ ਉਨੀ ਦੇਰ ਹੀ ਚਰਚਾ ਰਹਿ ਜਾਂਦਾ। ਬੜੇ ਐਸੇ ਲੋਕ, ਐਸੇ ਗਵੱਈਏ ਮੁੰਡੇ ਵੇਖੇ ਨੇ, ਕੁੜੀਆਂ ਜਿਹੜੇ ਵਿਨਰ ਵੀ ਬਣ ਗਏ ਉਸ ਪ੍ਰੋਗਰਾਮ ਦੇ, ਪਰ ਉਹਨਾਂ ਦਾ ਬਾਅਦ 'ਚ ਕੁਛ ਹੋਇਆ ਨਹੀਂ। ਇਹ ਇੱਕ ਅੱਛੀ ਗੱਲ ਹੈ ਕਿ ਇਹ ਸ਼ੁਰੂਆਤ ਅੱਛੀ ਹੈ, ਲੇਕਿਨ ਹੋਰ ਅੱਛੀ ਗੱਲ ਇਸ ਕਰਕੇ ਹੋਣੀ ਚਾਹੀਦੀ ਆ ਜਾਂ ਹੋਵੇਗੀ ਜੇ ਉਹਨਾਂ ਨੂੰ ਅੱਗੇ ਤੱਕ ਵੀ ਸਪੋਰਟ ਮਿਲੇ, ਜਾਂ ਜਿਹੜੇ ਚੈਨਲਸ ਜੋ ਕਰਾ ਰਹੇ ਨੇ ਪ੍ਰੋਗਰਾਮ ਨੂੰ, ਰਿਐਲਿਟੀ ਸ਼ੋਅ ਨੂੰ, ਜੇ ਉਹ ਅੱਗੇ ਤੱਕ ਵੀ ਉਹਨਾਂ ਦਾ ਕੁਛ ਸੋਚਣ ਵੀ ਉਹਨਾਂ ਦੀ ਐਲਬਮ ਕੀਤੀ ਜਾਵੇ ਜਾਂ ਉਹਨਾਂ ਨੂੰ ਉਹਨਾਂ ਦੇ ਸ਼ੋਅਜ਼ ਬੁੱਕ ਕੀਤੇ ਜਾਣ ਜਾਂ ਉਹਨਾਂ ਦਾ ਕੁਛ ਕੀਤਾ ਜਾਵੇ, ਬਟ ਆਈ ਡੋਂਟ ਥਿੰਕ ਸੋ ਕਿ ਅੱਗੇ ਜਾ ਕੇ ਕੁਛ ਹੁੰਦਾ ਇਹੋ ਜਿਹਾ, ਕੋਈ ਕਰਦੇ ਨਹੀਂ ਚੈਨਲ। ਸੋ ਪਿੱਛੇ ਜਿਹੇ ਤੁਸੀਂ ਇੱਕ ਰਿਐਲਿਟੀ ਸ਼ੋਅ ਦੀ ਜਜਮੈਂਟ ਕੀਤੀ ਸੀ, ਸੋ ਕਿਹੋ ਜਿਹਾ ਐਕਸਪੀਰੀਅੰਸ ਰਿਹਾ? ਬੜੇ ਬੁਰੇ ਔਰ ਚੰਗੇ ਤਜ਼ਰਬੇ ਹੁੰਦੇ ਆ ਜਦੋਂ, ਕਿਉਂਕਿ ਜਜਮੈਂਟ ਆਪਣੇ ਆਪ 'ਚ ਬਹੁਤ ਮੁਸ਼ਕਲ ਕੰਮ ਹੈ। ਕਈ ਵਾਰੀ ਬੱਚੇ ਐਸਾ ਗਾ ਜਾਂਦੇ ਆ ਕਿ ਤੁਹਾਨੂੰ ਫੈਸਲਾ ਕਰਨਾ ਮੁਸ਼ਕਲ ਹੋ ਜਾਂਦਾ ਕਿ ਕਿਹਨੂੰ ਰੱਖੀਏ ਅਤੇ ਕਿਹਨੂੰ ਨਾ ਰੱਖੀਏ। ਪਰ ਇੱਕ ਤੁਹਾਡੇ ਅੰਦਰ ਜਿਹੜਾ ਬੰਦਾ ਜਜਮੈਂਟ ਕਰਨ ਲਈ ਜੱਜ ਦੀ ਚੇਅਰ 'ਤੇ ਬੈਠ ਗਿਆ, ਅਤੇ ਉਹਦਾ ਇੱਕ ਇਖਲਾਕੀ ਫਰਜ਼ ਇਹ ਬਣ ਜਾਂਦਾ ਹੈ ਕਿ ਉਹ ਜੋ ਉਹਦਾ ਜ਼ਮੀਰ ਕਵੇ, ਜੋ ਉਹਦੀ ਰੂਹ ਕਵੇ, ਉਹਨੂੰ ਰੱਬ ਤੋਂ ਡਰ ਕੇ ਉਹ ਫੈਸਲਾ ਕਰਨਾ ਚਾਹੀਦਾ। ਔਰ ਮੈਂ ਆਲਵੇਜ਼ ਇਹ ਕੀਤਾ, ਨਹੀਂ ਤਾਂ ਕਈ ਵਾਰੀ ਇੱਦਾਂ ਵੀ ਹੁੰਦਾ ਕਈਆਂ ਚੈਨਲਾਂ 'ਤੇ ਮੇਰੇ ਨਾਲ ਜਿਹੜੇ ਬੈਠੇ ਹੁੰਦੇ ਬੰਦੇ ਜਜਮੈਂਟ ਕਰਨ ਲਈ, ਉਹ ਮੇਰੇ ਕੰਨ 'ਚ ਇਹ ਕਹਿੰਦੇ ਭਾਈ ਸਾਹਿਬ ਐਸਾ ਕਰ ਲੇ, ਭਾਈ ਸਾਹਿਬ ਇਸਕੋ ਰੱਖ ਲੇ, ਇਸਕੋ ਨਿਕਾਲ ਦੇ। ਔਰ ਮੇਰਾ ਜਵਾਬ ਇਹੀ ਹੁੰਦਾ ਕਿ ਮੈਂ ਤਾਂ ਉਸੇ ਨੂੰ ਰੱਖੂੰਗਾ ਜਿਹੜਾ ਡਿਜ਼ਰਵ ਕਰਦਾ, ਅਤੇ ਉਸੇ ਨੂੰ ਨਹੀਂ ਰੱਖੂੰਗਾ ਜਿਹੜਾ ਡਿਜ਼ਰਵ ਨਹੀਂ ਕਰਦਾ। ਸੋ ਇਹ ਕੌੜੇ ਮਿੱਠੇ ਤਜ਼ਰਬੇ ਆਏ ਹੁੰਦੇ ਰਹਿੰਦੇ। ਆਪਣੀ ਆਉਣ ਵਾਲੀ ਐਲਬਮ ਬਾਰੇ ਸਾਡੇ ਸਰੋਤਿਆਂ ਨੂੰ ਜ਼ਰੂਰ ਕੁਝ ਦੱਸੋ। ਆਉਣ ਵਾਲੀ ਐਲਬਮ ਜਿਹੜੀ ਆ ਉਹ ਮੇਰਾ ਖਿਆਲ ਹੈ ਕਿ 2 ਜਾਂ 3 ਮਹੀਨਿਆਂ ਦੇ ਦੌਰਾਨ ਰਿਲੀਜ਼ ਹੋ ਜਾਏਗੀ, ਅਤੇ ਪਰ ਮੈਂ ਚਾਹੁੰਦਾ ਕਿ ਮੈਂ ਉਹਨੂੰ ਡਿਸਕਲੋਜ਼ ਤਾਂ ਹੀ ਕਰਾਂ ਜਦੋਂ ਸਾਰਾ ਕੁਝ ਰੈਡੀ ਹੋ ਜਾਵੇ, ਕਿਉਂਕਿ ਅਜੇ ਉਹ ਅੰਡਰ ਪ੍ਰੋਸੈਸ ਹੈ, ਅਜੇ ਚੱਲ ਰਿਹਾ, ਅਤੇ ਜਦੋਂ ਬਿਲਕੁਲ ਮਤਲਬ ਰਿਲੀਜ਼ ਹੋਣ ਦੇ ਨੇੜੇ ਹੋਏਗੀ ਫਿਰ ਮੈਂ ਆਪਣੇ ਦਰਸ਼ਕਾਂ ਨਾਲ, ਆਪਣੇ ਲਿਸਨਰਸ ਦੇ ਨਾਲ ਉਹ ਗੱਲ ਸਾਂਝੀ ਕਰਾਂ। ਫਿਰ ਵੀ ਕਿਸ ਤਰ੍ਹਾਂ ਦੇ ਗਾਣੇ ਸਿਲੈਕਟ ਕੀਤੇ ਜਾ ਰਹੇ ਨੇ, ਕੋਈ ਆਈਡੀਆ? ਸਾਡੀ ਹਮੇਸ਼ਾ ਸ਼ੁਰੂ ਤੋਂ ਇਹ ਕਹਿ ਲਓ ਕਿ ਮਿਸ਼ਨ 'ਤੇ ਆ ਸੀ ਕਿ ਭਾਵੇਂ ਦੋ, ਜਿਵੇਂ ਇੱਕ ਪੰਜਾਬੀ ਦੀ ਕਹਾਵਤ ਹੈ ਕਿ 2 ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ। ਹੁਣ 3 ਸਾਲ ਹੋ ਗਏ ਨੇ ਮੇਰੀ ਐਲਬਮ ਰਿਲੀਜ਼ ਹੋਈ ਸੀ ਫਰਮਾਇਸ਼, ਜਿਹਦੇ 'ਚੋਂ ਸਾਡੇ ਨਾਂ ਦੀ ਮਹਿੰਦੀ ਲਾ ਸਾਡੀ ਫਰਮਾਇਸ਼ 'ਤੇ ਜਾਂ ਉਹਦੇ ਨਾਲ ਦੇ ਹੋਰ ਕਈ ਗਾਣੇ ਹਰ ਪਾਰਟੀਆਂ ਦੇ ਅੰਦਰ ਉਹ ਗਾਣੇ ਚੱਲੇ ਨੇ, ਲੋਕਾਂ ਨੇ ਡਾਂਸ ਕੀਤਾ, ਔਰ ਜਿਹੜੇ ਗਾਣੇ ਸੁਣਨ ਵਾਲੇ ਸੀ ਸੈਡ ਰੰਗ ਦੇ ਜਿਹੜੇ ਗਾਣੇ ਸੀ ਉਹ ਵੀ ਲੋਕਾਂ ਨੇ ਸੁਣੇ ਨੇ। ਅਤੇ ਇਸੇ ਤਰ੍ਹਾਂ ਦੀ ਮੇਰੀ ਕੋਸ਼ਿਸ਼ ਹੈ, ਉਹਦੇ 'ਚ ਥੋੜ੍ਹਾ ਜਿਹਾ ਡਿਫਰੈਂਟ ਕੰਮ ਇਹ ਕੀਤਾ ਕਿ ਜਿਵੇਂ ਸੁਰਜੀਤ ਪਾਤਰ ਸਾਹਿਬ ਸਾਡੇ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਨੇ, ਸੰਜੀਦਾ ਸ਼ਾਇਰ ਨੇ, ਕੁਝ ਉਹਨਾਂ ਦੇ ਕਲਾਮ ਲਏ ਨੇ, ਕੁਝ ਹੋਰ ਡਿਫਰੈਂਟ ਇਹੋ ਜਿਹਾ ਸਿਆਣੇ ਜਿਹਾ ਸ਼ਾਇਰ ਜਿਹੜੇ ਉਹਨਾਂ ਦੇ ਕਲਾਮ ਲੈ ਕੇ ਅਤੇ ਉਹਨਾਂ ਨੂੰ ਅਸੀਂ ਰਿਕਾਰਡ ਕੀਤਾ। ਔਰ ਇੱਕ ਸਰਪ੍ਰਾਈਜ਼ ਹੈ, ਉਹ ਫਿਰ ਜਦੋਂ ਟੇਪ ਰਿਲੀਜ਼ ਹੋਣ ਵਾਲੀ ਹੋਏਗੀ ਅਤੇ ਉਦੋਂ ਹੀ ਦੱਸਾਂਗੇ ਲੋਕਾਂ ਨੂੰ, ਸਰੋਤਿਆਂ ਨੂੰ, ਆਪਣੇ ਲਿਸਨਰਸ ਨੂੰ, ਔਰ ਆਪਣੇ ਜਿੰਨੇ ਵੀ ਸਾਡੇ ਦਰਸ਼ਕ ਨੇ ਉਹਨਾਂ ਦੇ ਨਾਲ ਉਸ ਟਾਈਮ ਉਹ ਗੱਲ ਸਾਂਝੀ ਕਰਾਂਗੇ। ਤੇਰੇ ਵਿਯੋਗ ਨੂੰ, ਤੇਰੇ ਵਿਯੋਗ ਨੂੰ,
ਮੇਰਾ ਖਿਆਲ ਰਿਹਾ ਕਿ ਸਾਰੀ ਉਮਰ ਹੀ ਕਿ ਸਾਰੀ ਉਮਰ ਹੀ ਲੱਗਿਆ ਕਲੇਜ ਨਾਲ ਕਿਆ ਬਾਤ ਆ ਤੇਰੇ ਵਿਯੋਗ ਅਸੀਂ ਤੇ ਮੱਚਦੇ ਗਿਆਰਿਆਂ ਤੇ ਨੱਚਦੇ ਰਹੇ ਅਸੀਂ ਤੇ ਮੱਚਦੇ ਗਿਆਰਿਆਂ ਤੇ ਨੱਚਦੇ ਰਹੇ ਤੁਸਾਂ ਦੇ ਸ਼ਹਿਰ ਹੀ ਤੁਸਾਂ ਦੇ ਸ਼ਹਿਰ ਹੀ ਚਾਂਜਰਾਂ ਦਾ ਕਾਰ ਰਿਹਾ ਤੇਰੇ ਵਿਯੋਗ ਕਿੰਨਾ ਮੇਰਾ ਖਿਆਲ ਰਿਹਾ ਕਿ ਸਾਰੀ ਉਮਰ ਹੀ ਕਿ ਸਾਰੀ ਉਮਰ ਹੀ ਲੱਗਿਆ ਕਲੇਜ ਨਾਲ ਰਿਹਾ ਤੇਰੇ ਵਿਯੋਗ ਸੋ ਦਿਲ ਦੀਆਂ ਗੱਲਾਂ ਨੂੰ ਆਪਣੇ ਰੰਗ ਵਿੱਚ ਜ਼ਰਾ ਜ਼ਰੂਰ ਕਹੋ ਨਹੀਂ ਮੈਂ ਆਪਣੇ ਰੰਗ 'ਚ ਨਹੀਂ ਸੰਗੀਤ ਦੇ ਰੰਗ 'ਚ ਦਿਲ ਦੀਆਂ ਗੱਲਾਂ ਨੂੰ ਜੇ ਸੰਗੀਤ ਦੇ ਰੰਗ 'ਚ ਕਹਾਂ ਤਾਂ ਜ਼ਿਆਦਾ ਗੱਲ ਅੱਛੀ ਆ ਆਪਣੇ ਰੰਗ 'ਚ ਕਹਾਂਗੇ ਤਾਂ ਫਿਰ ਦਿਸਣੀਆਂ ਨਹੀਂ ਦੀਆਂ ਗੱਲਾਂ ਦਿਲ ਦੀ ਮੇਰੇ ਵਾਲੇ ਫੋਨ ਚ ਵੀ ਕਰ ਲਾ ਯਾਰ ਕੈਪਚਰ ਐ ਲੱਗਦਾ ਆਟਾ ਡੋਲਿਆ ਗਿਆ ਨੇ ਬਾਰੀ ਬਰਫੀ ਖੱਟਣ ਗਿਆ ਕੀ ਛੱਡ ਕੇ ਲਿਆਂਦਾ ਕੁਛ ਛੱਡ ਕੇ ਲਿਆਂਦਾ ਜਪਾਨ ਲੜ ਲੜ ਮਰ ਜਾਂਗੇ ਨਹੀਂ ਦੇਣਾ ਕਸ਼ਮੀਰ ਕਹਿੰਦੇ ਬਾਬਾ ਜੀ ਗੱਲ ਤੇ ਬਣੀ ਨੀ ਕਹਿੰਦਾ ਗੱਲ ਨੂੰ ਮਾਰੋ ਗੋਲੀ ਸਪੀਡ ਦੇਖੋ ਕਿੰਨੀ ਉਹ ਕਹਿੰਦੇ ਨਾ ਕਵਾਲੀ ਕਰਾਉਣੀ ਕਹਿੰਦੇ ਸੁੱਕਿਆ ਹੋਇਆ ਸੀ ਵੀ ਮੇਰਾ ਵਿਆਹ ਹੋਵੇ ਤਾਂ ਮੈਂ ਕਵਾਲੀ ਕਰਾਉਂਗਾ ਵਿਆਹ ਹੋ ਗਿਆ ਤੇ ਉਹਨੇ ਕਵਾਲ ਸੱਦ ਲੈ ਉਹ ਬੰਦਾ ਸੀ ਪੰਮੇ ਵਰਗਾ ਰਾਧਾ ਸਵਾਮੀ ਇਹਨੇ ਦਾਲ ਖਿਲਾਤੀ ਬਣਾਤੀ ਮਤਲਬ ਉਹਨਾਂ ਨੂੰ ਕਵਾਲਾ ਨੂੰ ਦਾਲ ਦਾਲ ਖਵਾਈ ਜਾਵੇ ਰੋਜ਼ ਹੀ ਸੱਤ ਦਿਨ ਉਹਨੇ ਕਵਾਲੀ ਕਰਾਉਣੀ ਰੋਜ਼ ਹੀ ਉਹਨਾਂ ਨੂੰ ਦਾਲ ਖਿਲਾਈ ਜਾਵੇ ਇੱਕ ਦਿਨ ਕਵਾਲਾਂ ਦਾ ਆਖਰੀ ਜਨਮ ਦਿਨ ਸੀ ਨਾ ਉਹਨਾਂ ਨੂੰ ਗੁੱਸਾ ਬੜਾ ਚੜਿਆ ਸੜੇ ਹੋਏ ਕਵਾਲ ਗੁੱਸੇ 'ਚ ਪੂਰਾ ਐਂ ਅੰਦਰੋਂ ਸੜੇ ਹੋਏ ਅਤੇ ਉਹਨਾਂ ਨੇ ਕਵਾਲੀ ਸ਼ੁਰੂ ਕਰ ਲਈ ਪਤਾ ਕਿਹੜੀ ਕਵਾਲੀ ਸ਼ੁਰੂ ਕਰ ਲਈ ਉਹ ਜਿਹਨਾਂ ਨੇ ਕਵਾਲੀ ਕਰਾਈ ਬੜਾ ਖਿਜਿਆ ਕਹਿੰਦਾ ਉਹ ਫਿੱਟੇ ਮੂੰਹ ਹੈਂ ਬਾਹਰ ਜਾ ਤੋ ਕਵਾਲੀ ਬਦਲੋ ਇੱਕ ਮਰਿਆ ਜਿਹਾ ਕਵਾਲ ਉੱਠ ਕੇ ਕਹਿੰਦਾ ਆਪਣੀ ਵਾਰੀ ਸਬਜ਼ੀ ਬਦਲੀ ਸੀ ਬਾਈ ਛੋਟੇ ਬੜਾ ਚੰਗਾ ਲੱਗਾ ਬਾਈ ਸਾਨੂੰ ਇੱਥੇ ਆ ਕੇ ਹੈਲੋ ਕਿੱਦਾਂ ਬਾਏ ਬਾਏ ਚੰਗਾ ਫਿਰ ਮਿਲਾਂਗੇ ਹੈ ਸਤਿ ਸ਼੍ਰੀ ਅਕਾਲ ਅਗਲੇ ਸਾਲ
ਰਿਹਾਨ ਛੇੜੀਏ ਨਾ ਪਾਵੇ ਹਾਲ ਤੋਂ ਬੇਹਾਲ ਫੇ ਫਕਰ ਦੇ ਹਾਲ ਛੇੜੀਏ ਫਕਰਾਂ ਦੀ ਕੁੱਲੀ ਵਿੱਚ ਰੱਬ ਵਸਦਾ ਫਕਰਾਂ ਦੀ ਕੁੱਲੀ ਵਿੱਚ ਰੱਬ ਵਸਦਾ ਜਦ ਭੇੜਾ ਦੇ ਸਾਧਨ ਵਸਦਾ ਫਕਰਾਂ ਦੀ ਕੁੱਲੀ ਵਿੱਚ ਰੱਬ ਵਸਦਾ ਫਕਰਾਂ ਦੀ ਕੁੱਲੀ ਵਿੱਚ ਰੱਬ ਵਸਦਾ ਜਦ ਭੇੜਾ ਦੇ ਸਾਧਨ ਕੱਲਾ ਦੱਸਦਾ ਜਦ ਭੇੜਾ ਦੇ ਸਾਧਨ ਕੱਲਾ ਦੱਸਦਾ ਫਕਰਾਂ ਦੀ ਕੁੱਲੀ ਵਿੱਚ ਰੱਬ ਵਸਦਾ ਜਵਾਨੀ ਨਿਕਾਲੀ ਦੀ ਸ਼ਰਾਬ ਤੋੜੀ ਚੋ
किसी जमाने में दोस्तों क्या अब डर नहीं मैं किसी जमाने में दोस्तों हमने तो दुश्मनी मोहब्बत में डाल ਗੱਲਾਂ ਮੇਰੀਆਂ ਜਦੋਂ
ਕਿਤੇ ਦੱਸਿਆ ਕਰੇ ਤੇਰੇ ਬੁੱਲਾਂ ਤੋਂ ਗੁਲਾਬੀ ਹੱਸੇ ਸੁੱਕ ਜਾਣਗੇ ਤੇਰੇ ਬੁੱਲਾਂ ਤੋਂ ਗੁਲਾਬੀ ਹੱਸੇ ਮੁੱਕ ਜਾਣਗੇ ਹੰਝੂ ਅੱਖੀਆਂ ਦੇ ਵਿੱਚ ਹੰਝੂ ਅੱਖੀਆਂ ਦੇ ਵਿੱਚ ਸੁੱਕ ਜਾਣਗੇ ਫਿਰ ਹੋ ਕੇ ਆਨ ਦੱਸ ਕਿੰਜ ਡੱਕਿਆ ਕਰੀ ਕਿਆ ਬਾਤ ਫਿਰ ਹੋ ਕੇ ਆਨ ਦੱਸ ਫਿਰ ਹੋ ਦੱਸ ਕਿਵੇਂ ਕਰੀ ਗੱਲਾਂ ਮੇਰੀਆਂ ਜਦੋਂ ਗੱਲਾਂ ਮੇਰੀਆਂ ਜਦੋਂ ਤੂੰ ਦੱਸਿਆ ਕਰੇ ਬਹੁਤ ਅੱਛੀ। ਅੰਤਰਾ ਟੋਟਲੀ ਡਿਫਰੈਂਟ ਰਾਗ ਹੈ, ਉਹਦੇ ਕਿਤੋਂ ਆਏਗਾ ਧੱਕੀ ਧੱਕੀ ਮਿੱਠੀ 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 ਚਲੇ
ਡੁੱਬੀ ਚੱਲੇ ਮਾਰੀ ਆਵੇ